ਸਮਝ ਲਾ ਕੇ ਸਾਰਿਆਂ ਨੂੰ ਇੱਕ ਇੱਕ ਜਿਹੜੇ ਇਹਦੀ ਕਿਸਮ ਆ ਗਈ। ਦੂਜੀ ਆ ਜਾਓ ਕਰਮ ਕਾਰਕ। ਹੁਣ ਇੱਥੇ ਕੀ ਸੀਗਾ, ਮੋਹਨ ਕਾਰ ਚਲਾਉਂਦਾ ਹੈ, ਚਲੋ ਦੂਜੀ ਵੀ ਉਦਾਹਰਨ ਮੈਂ ਸਮਝਾ ਦਿੰਦਾ, ਇੱਥੇ ਨੇ ਹੈ ਨੀ, ਨੇ ਹੈ ਨੀ, ਪਰੰਤੂ ਕੌਣ ਕਾਰ ਚਲਾਉਂਦਾ ਹੈ? ਮੋਹਨ ਮੋਹਨ ਕੀ ਹੈ ਜੀ? ਕਰਤਾ ਕਾਰਕ ਹੈ, ਠੀਕ ਹੈ, ਕਰਤਾ ਹੈ। ਆ ਜਾਓ ਕਰਮ ਕਾਰਕ ਤੇ ਆ ਜਾਓ ਬੇਟਾ ਦੂਜੇ ਤੇ। ਜਦੋਂ ਵਾਕ ਦੀ ਕਿਰਿਆ ਦੇ ਕੰਮ ਦਾ ਅਸਰ ਕਰਤਾ ਤੋਂ ਇਲਾਵਾ ਦੂਜੇ ਨਾਮ ਜਾਂ ਪੜਨਾਉ ਉੱਪਰ ਪੈਂਦਾ ਹੈ ਤਾਂ ਉਸ ਨਾਮ ਜਾਂ ਪੜਨਾਉ ਨੂੰ ਕਰਮ ਕਾਰਕ ਆਖਦੇ ਹਨ। ਪਛਾਣ ਚਿੰਨ੍ਹ ਦਾ ਨੂੰ ਹੈ, ਜੇ ਨੂੰ ਨਹੀਂ ਲੱਗਿਆ ਵਾ ਹੋਊਗਾ ਤਾਂ ਆਪਾਂ ਨੇ ਦੇਖਣਾ ਗਾ ਵੀ ਜਿਹੜਾ ਕਰਤੇ ਤੋਂ ਬਾਅਦ ਜਿਹੜਾ ਪ੍ਰਭਾਵ ਪੈ ਰਿਹਾ ਗਾ ਉਹ ਅਗਲਾ ਨਾਮ ਜਾਂ ਪੜਨਾਮ ਕਿਹੜਾ ਗਾ ਉਹ ਕਰਮ ਕਾਰਕ ਹੋਊਗਾ। ਠੀਕ ਹੈ ਜੀ, ਆਹ ਦੇਖੋ ਕਿਸਾਨ ਨੇ, ਸਮਝਣਾ, ਕਿਸਾਨ ਨੇ ਖੇਤਾਂ ਨੂੰ, ਨੂੰ ਆ ਗਿਆ ਨਾ, ਇਹਦਾ ਮਤਲਬ ਜਿਹੜੇ ਖੇਤ ਨੇ ਗੇ ਇਹ ਕੀ ਆ, ਕਰਮ ਆ, ਤੇ ਨੂੰ ਕੀ ਆ, ਦਾ ਕਾਰਕ ਆ, ਕਰਮ ਕਾਰਕ ਦਾ ਪਛਾਣ ਚਿੰਨ੍ਹ ਆ ਗਾ ਇਹ। ਸੰਗੀਤਾ ਕਹਾਣੀ ਪੜ੍ਹਦੀ ਹੈ, ਕਿਹੜੀ ਚੀਜ਼ ਪੜ੍ਹਦੀ ਹੈ ਜੀ? ਕਹਾਣੀ ਪੜ੍ਹਦੀ ਹੈ, ਜਾਂ ਕਹਿ ਲਓ ਵੀ ਆਪਾਂ ਮਤਲਬ ਕਿ ਆਪਾਂ ਜਿਹੜਾ ਸ਼ਬਦ ਹੈਗਾ ਇਹਦਾ ਪ੍ਰਸ਼ਨ ਕਰਕੇ ਪੁੱਛ ਸਕਦੇ ਹਾਂ ਆਪਾਂ, ਵੀ ਜਿਹੜਾ ਨਾਮ ਹੈ ਉਹਨੂੰ ਆਪਾਂ ਕੋਈ ਪ੍ਰਸ਼ਨ ਕਰਕੇ ਪੁੱਛਿਆ ਜਾ ਸਕਦਾ ਵੀ ਉਹ ਕਿਰਿਆ ਕੀ ਕਰ ਰਹੀ ਹੈ, ਜਿਹੜਾ ਉੱਤਰ ਆਵੇਗਾ ਉਹ ਕਰਮ ਆ ਜਾਏਗਾ। ਸੰਗੀਤਾ ਕੀ ਪੜ੍ਹਦੀ ਹੈ? ਕਹਾਣੀ। ਸੰਗੀਤਾ ਕੀ ਪੜ੍ਹਦੀ ਹੈ? ਕਿਤਾਬ। ਠੀਕ ਹੈ ਜੀ, ਇਹ ਕੀ ਹੋ ਗਿਆ? ਕਰਮ ਹੋ ਗਿਆ। ਜੇ ਕਿਸ ਤਰ੍ਹਾਂ ਕਿਸੇ ਤਰ੍ਹਾਂ ਦਾ ਵੀ ਵਾਕ ਹੋਵੇ ਤਾਂ ਇਹ ਕਰਮ ਕਾਰਕ ਹੋ ਗਿਆ। ਜ਼ਿਆਦਾਤਰ ਇਹਦੀ ਪਛਾਣ ਨੂੰ ਹੁੰਦੀ ਆ, ਨੂੰ ਤੋਂ ਪਹਿਲਾ ਅੱਖਰ ਕਰਮ ਹੁੰਦਾ ਗਾ, ਠੀਕ ਹੈ ਜੀ, ਨੇ ਤੋਂ ਪਹਿਲਾ ਅੱਖਰ ਕਰਤਾ ਹੁੰਦਾ ਗਾ। ਸਮਝ ਲੱਗ ਗਈ ਬੇਟਾ? ਹਾਂਜੀ ਹਾਂਜੀ ਸਰ। ਆ ਜਾਓ ਕਰਮ ਕਾਰਕ ਤੇ ਆ ਜਾਓ। ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਨਾਲ ਕਿਰਿਆ ਦਾ ਕਾਰਜ ਕੀਤਾ ਜਾਂਦਾ ਹੈ, ਕਿਰਿਆ ਦਾ ਕਾਰਜ ਕੀਤਾ ਜਾਂਦਾ ਹੈ, ਉਸ ਨੂੰ ਕਰਮ ਕਾਰਕ ਆਖਦੇ ਨੇ। ਨਾਲ, ਦੁਆਰਾ, ਰਾਹੀਂ, ਇਹ ਪਛਾਣ ਚਿੰਨ੍ਹ ਨੇ ਇਹਦੇ। ਕਿਸੇ ਚੀਜ਼ ਨਾਲ ਕੋਈ ਕੰਮ ਕਰਿਆ, ਆਪਾਂ ਕੋਈ ਸਬਜ਼ੀ ਕੱਟੀ, ਕਿਹਦੇ ਨਾਲ ਕੱਟੀ? ਚਾਕੂ ਨਾਲ। ਚਾਕੂ ਨਾਲ। ਚਾਕੂ ਕੀ ਹੋ ਗਿਆ? ਕਰਮ ਕਾਰਕ ਹੋ ਗਿਆ। ਠੀਕ ਹੈ ਜੀ, ਰਮਨਦੀਪ ਨੇ ਸੋਟੇ ਨਾਲ ਚੂਹਾ ਮਾਰ ਦਿੱਤਾ, ਸੋਟਾ ਕਰਨ ਕਰ ਕਰਮ ਕਾਰਕ। ਨਾਲ ਹਾਂਜੀ ਸਰ। ਗੋਲੀ ਨਾਲ, ਗੋਲੀ ਨਾਲ ਡਾਕੂ ਨੂੰ ਮਾਰਿਆ, ਗੋਲੀ ਨਾਲ ਹਨਾ। ਅਧਿਆਪਕ, ਅਧਿਆਪਕ ਨੇ ਕੀ ਆ ਗਿਆ ਜੀ? ਕਰਤਾ। ਹਾਂਜੀ, ਪੈਨ ਨਾਲ ਲਿਖਿਆ, ਪੈਨ ਨਾਲ ਕਰਮ ਕਰਨ ਕਰ ਕਰਨ ਕਾਰਕ, ਕਰਨ ਕਾਰਕ। ਹਾਂਜੀ ਠੀਕ ਹੈ ਜੀ, ਨਾਲ, ਦੁਆਰਾ, ਰਾਹੀਂ, ਠੀਕ ਹੈ ਜੀ, ਇਹ ਸਾਰੇ ਤੇ ਕੀ ਆ ਗਏ? ਕਰਨ ਕਾਰਕ, ਰਾਹੀਂ। ਸਮਝ ਲਓ, ਸਮਝ ਲਓ। ਠੀਕ ਹੈ ਜੀ, ਸੰਪ੍ਰਦਾਨ ਕਾਰਕ ਤੇ ਆ ਜਾਓ। ਸੰਪ੍ਰਦਾਨ ਕਾਰਕ ਦਾ ਸ਼ਬਦ ਹੁੰਦਾ ਕਿਸੇ ਨੂੰ ਕੁਝ ਦੇਣਾ, ਭੇਟ ਕਰਨਾ, ਅਰਪਣ ਕਰਨਾ, ਕਿਸੇ ਦੀ ਖਾਤਰ ਕੁਝ ਕਰ ਦੇਣਾ, ਹਨਾ। ਤੋ ਉੱਥੇ ਕੀ ਆਊਗਾ? ਲਈ, ਵਾਸਤੇ, ਖਾਤਰ ਵਾਸਤੇ, ਹਨਾ। ਕੀ ਹੈਗਾ? ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ, ਲਈ, ਤੁਹਾਡੇ ਲਈ, ਮੈਂ ਤੁਹਾਡੇ ਲਈ ਕੰਮ ਕਰਿਆ ਇਹ, ਮੈਂ ਤੁਹਾਨੂੰ ਪੜ੍ਹਾ ਰਿਹਾ ਹਾਂ, ਸੰਪਰਦਾਨ ਕਾਰਕ। ਹਾਂ, ਸੰਪਰਦਾਨ ਕਾਰਕ। ਸੰਪਰਦਾਨ ਦਾ ਮਤਲਬ ਕਿਸੇ ਨੂੰ ਕੁਝ ਦੇਣਾ, ਕੁਝ ਭੇਟ ਕਰਨਾ, ਸੰਪਰਦਾਨ। ਹਾਂਜੀ ਸਰ, ਉਹ ਜਿਹੜਾ ਆਪਣਾ ਕੁਐਸਚਨ ਸੀ ਉਹਦੇ ਚ ਫਿਰ ਇਹੀ ਆਏਗਾ ਨਾ, ਸੰਪਰਦਾਨ। ਆਪਾਂ ਕੁਐਸਚਨ ਤੇ ਵੀ ਚੱਲਾਂਗੇ, ਠੀਕ ਹੈ ਜੀ। ਠੀਕ ਹੈ, ਮੇਰਾ ਮੇਰਾ ਫਿਰ ਧਿਆਨ ਡਾਈਵਰਟ ਹੋ ਜਾਂਦਾ ਜੋ ਮੈਨੂੰ ਕੁਐਸਚਨ ਬਾਰੇ ਉਦੋਂ ਨਾ ਪੁੱਛ। ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ, ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ। ਭਗਤ ਸਿੰਘ ਨੇ ਦੇਸ਼ ਦੀ ਖਾਤਰ, ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ, ਕਿਸੇ ਦੇ ਲਈ, ਠੀਕ ਹੈ ਨਾ, ਕਿਸੇ ਵਾਸਤੇ ਕੋਈ ਕੰਮ, ਉਹਨੂੰ ਸੰਪਰਦਾਨ ਕਾਰਕ ਕਹਿੰਦੇ ਨੇਗੇ, ਹਨਾ। ਜਿਵੇਂ ਕਹਿ ਲਓ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੀ ਖਾਤਰ,
ਹੈ ਨਾ, ਪੁੱਤਰ ਵਾਰ ਦਿੱਤੇ ਕੁਰਬਾਨੀ। ਹਾਂਜੀ ਸਰ, ਜਾਂ ਪੁੱਤਰ ਵਾਰ ਦਿੱਤੇ ਜਾਂ ਉਹਨਾਂ ਦੀ ਪੁੱਤਰਾਂ ਦੀ ਕੁਰਬਾਨੀ ਦਿੱਤੀ, ਸੰਪਰਦਾਨ ਕਾਰਕ, ਕਿਸੇ ਨੂੰ ਕੁਝ ਦੇ ਦਿੱਤਾ, ਕਿਸੇ ਦੀ ਖਾਤਰ ਕਰ ਦਿੱਤਾ। ਆ ਜੀ ਅਪਾਦਾਨ ਕਾਰਕ। ਅਪਾਦਾਨ ਕਾਰਕ ਦਾ ਮਤਲਬ ਹੈ ਸਰ ਇਹਦੇ ਵਿੱਚੋਂ ਖਾਤਰ ਜਿਹੜਾ ਹੋਏਗਾ ਉਹ ਸੰਪਰਦਾਨ ਕਾਰਕ ਹੋਏਗਾ। ਹਾਂਜੀ, ਜਿਹਦੇ ਮੂਹਰੇ ਖਾਤਰ ਅੱਜ ਦੇ ਮੂਹਰੇ ਜਿਹੜਾ ਸ਼ਬਦ ਲੱਗਿਆ ਹੋਵੇਗਾ ਉਹ ਸੰਪਰਦਾਨ ਹੋਵੇਗਾ। ਠੀਕ ਹੈ ਸਰ। ਠੀਕ ਹੈ, ਆ ਦੇਖੋ ਹੁਣ ਆ ਗਿਆ, ਕਿਸੇ ਵਿਚਾਰ ਕਾਰਜ ਸਥਾਨ ਤੋਂ ਵਿਛੜਨ ਜਾਂ ਵੱਖ ਹੋਣ ਦੇ ਭਾਵ ਨੂੰ ਪ੍ਰਗਟ ਕਰਦਾ। ਕੋਈ ਚੀਜ਼ ਕਿਸੇ ਨਾਲ ਟੁੱਟਦੀ ਹੈ, ਜਦੋਂ ਕੋਈ ਚੀਜ਼ ਕਿਸੇ ਨਾਲੋਂ ਵੱਖ ਹੁੰਦੀ ਆ ਉਹਨੂੰ ਅਪਾਦਾਨ ਕਾਰਕ ਕਹਿੰਦੇ ਨੇਗੇ। ਇਹਦੇ ਪਛਾਣ ਚਿੰਨ੍ਹ ਕੀ ਨੇ ਜੀ? ਤੋਂ, ਕੋਲੋਂ, ਪਾਸੋਂ, ਉੱਤੋਂ, ਹੇਠੋਂ, ਕੋਲੋਂ, ਲਾਗਿਓਂ ਆਦਿ। ਉਹ ਛੱਪੜ ਵਿੱਚੋਂ ਬਾਹਰ ਨਿਕਲਿਆ ਕਿਹੜੀ ਚੀਜ਼ ਦੇ ਨਾਲ ਵੱਖ ਹੋਇਆ ਜੀ? ਉਹ ਰਾਮ ਮੇਰੇ ਕੋਲੋਂ ਕਿਤਾਬ ਲੈ ਕੇ ਚਲਾ ਗਿਆ। ਕਿਹਦੇ ਕੋਲੋਂ ਲੈ ਗਿਆ ਜੀ ਕਿਤਾਬ? ਮੇਰੇ ਕੋਲੋਂ ਕਿਤਾਬ ਵਿਛੜ ਗਈ। ਮੈਂ ਪਟਿਆਲਿਓਂ ਕੱਲ ਹੀ ਆਇਆ ਹਾਂ, ਪਟਿਆਲਿਓਂ। ਠੀਕ ਹੈ, ਹਾਂਜੀ ਸਰ। ਇਹਨੂੰ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਸੀ? ਆਪਾਂ ਕਿਤੇ ਨਾ ਉਹਦੇ ਵਿੱਚ ਕਰਿਆ ਸੀਗਾ, ਇਹ MCQ ਵੀ ਆਇਆ ਸੀਗਾ ਇਹ, ਮੈਂ ਪਟਿਆਲਿਓਂ ਕੱਲ ਹੀ ਆਇਆ ਹਾਂ। ਇੱਕ ਦਿਨ ਆਪਾਂ ਕਰਿਆ ਵੀ ਸੀਗਾ ਇਹਨੂੰ ਸ਼ਬਦ ਨੂੰ, ਪਟਿਆਲਿਓਂ। ਇਹਨੂੰ ਆਪਾਂ ਐਂ ਲਿਖ ਸਕਦੇ ਸੀ, ਮੈਂ ਪਟਿਆਲੇ ਤੋਂ ਕੱਲ ਹੀ ਆਇਆ ਹਾਂ। ਹਾਂਜੀ ਸਰ, ਪਛਾਣ ਚਿੰਨ੍ਹ ਤੋਂ ਆ ਗਿਆ ਨਾ। ਹਾਂਜੀ, ਇਹ ਪਟਿਆਲਿਓਂ ਇਹਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ, ਚੰਡੀਗੜ੍ਹੋਂ ਜਾਂ ਚੰਡੀਗੜ੍ਹ ਤੋਂ, ਹੈ ਨਾ, ਸੁਨਾਮ ਤੋਂ, ਸੰਗਰੂਰ ਤੋਂ, ਬਰਨਾਲੇ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ, ਜਲੰਧਰੋਂ। ਉਹ ਕੱਲ ਹੀ ਜਲੰਧਰੋਂ ਆਇਆ, ਹੈ ਨਾ, ਇਹ ਸਮਝ ਲੈਣਾ। ਕੋਈ ਵੀ ਚੀਜ਼ ਕਿਸੇ ਇੱਕ ਥਾਂ ਤੋਂ, ਕਿਸੇ ਵਿਚਾਰ ਤੋਂ, ਕਿਸੇ ਕਾਰਜ ਤੋਂ ਵਿਛੜ ਜਾਂਦੀ ਆ, ਕਿਸੇ ਮਨੁੱਖ ਤੋਂ ਵਿਛੜਦੀ ਆ, ਕੋਈ ਚੀਜ਼ ਅੱਡ ਹੁੰਦੀ ਆ, ਉਹਦੇ ਨਾਲ ਵੱਖ ਹੁੰਦੀ ਆ, ਤਾਂ ਅਪਾਦਾਨ ਕਾਰਕ। ਬਸ ਇਹ ਸਿੱਧਾ ਹਿਸਾਬ ਹੈ ਇਹਦਾ। ਠੀਕ ਹੈ ਜੀ, ਹੁਣ ਆ ਜਾਓ ਸੰਬੰਧ ਕਾਰਕ। ਜਦੋਂ ਵਾਕ ਵਿੱਚ ਕਿਸੇ ਨਾਮ ਜਾਂ ਪੜਨਾਮ ਦਾ ਦੂਸਰੇ ਨਾਮ ਜਾਂ ਪੜਨਾਮ ਉੱਪਰ ਮਾਲਕੀ, ਕਬਜ਼ਾ ਜਾਂ ਅਧਿਕਾਰ ਦਾ ਸੰਬੰਧ ਪ੍ਰਗਟ ਹੋਵੇ ਤਾਂ ਉਸਨੂੰ ਸੰਬੰਧ ਕਾਰਕ ਆਖਦੇ ਹਨ। ਜਿਵੇਂ ਪਿਛਲੇ ਵਾਕ ਦੇ ਵਿੱਚ ਆਪਾਂ ਪੜ੍ਹਿਆ ਸੀ, ਆਪਣੇ ਭਰਾ ਦੇ ਖੇਤ ਨੂੰ ਉੱਜੜਨ ਤੋਂ ਬਚਾਇਆ, ਹੈ ਨਾ। ਹਾਂਜੀ ਸਰ। ਦਾ, ਦੇ, ਦੀ, ਦੀਆਂ, ਦਿਆ, ਇਹ ਕੀ ਨੇ ਸਾਰੇ ਦੇ ਪਛਾਣ ਚਿੰਨ੍ਹ ਨੇ, ਸੰਬੰਧਕ। ਇਹ ਸੰਬੰਧ ਪ੍ਰਗਟ ਕਰਦੇ ਨੇ, ਦਾ, ਦੇ, ਦੀ। ਠੀਕ ਹੈ ਜੀ, ਹਰਜੀਤ ਦਾ ਪਛਾਣ ਚਿੰਨ੍ਹ ਹੈਗਾ ਨਾ, ਹਰਜੀਤ ਦਾ ਬਹੁਤ ਸੋਹਣਾ ਹੈ। ਸਕੂਲ ਦੇ ਅਧਿਆਪਕ ਮਿਹਨਤੀ ਹਨ, ਉਹ ਮੇਰੇ ਚਾਚੇ ਦਾ ਮੁੰਡਾ ਹੈ, ਚਾਚੇ ਦਾ ਅਧਿਕਾਰ ਹੈ, ਉਹ ਮੇਰੇ ਚਾਚੇ ਦਾ, ਹੈ ਨਾ। ਹਾਂਜੀ ਹਾਂ, ਇਹ ਮੇਰੀ ਤਾਈ ਦੀ ਕੁੜੀ ਹੈ, ਹੈ ਨਾ। ਤਾਈ ਵੀ, ਤਾਈ ਦਾ ਕੀ ਹੈਗਾ? ਅਧਿਕਾਰ ਹੈਗਾ, ਜਿਹੜੀ ਚੀਜ਼ ਤੇ ਅਧਿਕਾਰ ਹੈ ਉਹ ਤੁਹਾਡਾ ਅਧਿਕਾਰ ਆ ਗਿਆ, ਕਬਜ਼ਾ ਹੈ, ਕਿਸੇ ਚੀਜ਼ ਦਾ ਹੱਕ ਹੈ। ਇਹ ਮੇਰੇ ਘਰ ਵਾਲਾ ਹੈ ਜਾਂ ਇਹ ਮੇਰਾ ਪਤੀ ਹੈ, ਇਹ ਮੇਰੀ ਪਤਨੀ ਹੈ, ਹੈ ਨਾ, ਅਧਿਕਾਰ ਆ। ਇਹ ਮੇਰਾ ਮੁੰਡਾ ਹੈ, ਇਹ ਮੇਰੀ ਜ਼ਮੀਨ ਹੈ। ਕੀ ਨੇ ਸਾਰੇ ਇਹ? ਅਧਿਕਾਰ, ਅਧਿਕਾਰ ਨੇ। ਹਾਂਜੀ, ਹੇਠ ਨੇ, ਉਹਨਾਂ ਤੇ ਉਹਦਾ ਹੱਕ ਹੈ, ਤਾਂ ਉਹ ਜਿਹੜੀਆਂ ਚੀਜ਼ਾਂ ਨੂੰ ਪ੍ਰਗਟ ਕਰੇਗਾ ਜਾਂ ਦਾ, ਦੇ, ਦੀਆਂ ਵਾਲਾ, ਤਾਂ ਉਹ ਸਾਰਾ ਦਾ ਸਾਰਾ ਸੰਬੰਧ ਕਾਰਕ। ਅਧਿਕਰਨ ਕਾਰਕ ਤੇ ਆ ਜਾਓ। ਅਧਿਕਰਨ ਸ਼ਬਦ ਦਾ ਅਰਥ ਹੈ ਆਧਾਰ, ਜਿਸ ਜਗ੍ਹਾ, ਟਿਕਾਣੇ, ਵਸਤ ਆਦਿ ਦੇ ਉੱਤੇ, ਵਿੱਚ ਜਾਂ ਨੇੜੇ ਕੁਝ ਰੱਖਿਆ ਜਾਂ ਪਾਇਆ ਜਾਵੇ, ਉਸ ਨਾਮ ਨੂੰ ਅਧਿਕਰਨ ਕਾਰਕ ਕਿਹਾ ਜਾਂਦਾ ਹੈ। ਪਛਾਣ ਚਿੰਨ੍ਹ ਕੀ ਹੈ ਜੀ? ਵਿੱਚ, ਉੱਤੇ, ਥੱਲੇ, ਹੇਠਾਂ, ਕੋਲ, ਪਾਸ, ਅੱਗੇ, ਅੰਦਰ, ਉੱਤੇ, ਸਾਹਮਣੇ, ਨੇੜੇ, ਬਾਹਰ ਆਦਿ। ਭਾਵ ਕੀ ਹੈ ਜੀ? ਕਿਸੇ ਚੀਜ਼ ਦਾ ਆਧਾਰ, ਜਿਵੇਂ ਫੁੱਲ, ਕੀ ਫੁੱਲਾਂ ਦਾ ਕੀ ਆਧਾਰ ਹੈ? ਫੁੱਲਾਂ ਦਾ ਆਧਾਰ ਬਗੀਚਾ, ਫੁੱਲਾਂ ਦਾ ਬਗੀਚਾ, ਬਾਗ। ਠੀਕ ਹੈ, ਹਾਂਜੀ ਸਰ। ਉਹ ਸੋਫੇ ਉੱਤੇ,
ਉਹ ਸੋਫੇ ਉੱਤੇ ਬੈਠਾ ਹੈ। ਸੋਫੇ ਉੱਤੇ ਤੇ ਉੱਤੇ ਆ ਗਿਆ ਨਾ। ਹਾਂਜੀ ਸਰ, ਹਾਂ ਇਹ ਕੀ ਹੋ ਗਿਆ? ਅਧਕਰਨ। ਮੈਂ ਅਧਿਕਾਰੀ। ਕੱਪੜੇ ਅਲਮਾਰੀ ਵਿੱਚ ਰੱਖੇ ਹਨ। ਅਲਮਾਰੀ ਵਿੱਚ ਹੈ ਨਾ। ਹਾਂਜੀ, ਬੱਚਾ ਬੱਸ ਵਿੱਚ ਬੈਠਾ ਹੈ। ਵਿੱਚ ਆ ਗਿਆ। ਵਿੱਚ ਆ ਗਿਆ। ਮੈਂ ਡੋਲੂ ਵਿੱਚ ਦੁੱਧ ਪਾਇਆ ਵਿੱਚ ਡੋਲੂ। ਹੈ ਨਾ। ਹਾਂਜੀ ਡੋਲੂ ਅਧਿਕਰਣ ਕਾਰਕ ਆ ਗਿਆ। ਸਮਝ ਲੱਗ ਗਈ ਸਾਰਿਆਂ ਨੂੰ ਜੀ? ਹਾਂਜੀ ਸਰ। ਸੰਬੋਧਨ ਕਾਰਕ ਤੇ ਆ ਜਾਓ। ਜਦੋਂ ਵਾਕ ਵਿੱਚ ਬਸ ਦਾ ਸੰਬੋਧਨ ਕੀਤਾ ਜਾਵੇ, ਉਹ ਮੁੰਡਿਓ, ਓਏ ਕੁੜੀਓ, ਨੀ ਕੁੜੀਓ, ਹੈ ਨਾ, ਇੱਥੇ ਨਾ ਖੇਡੋ, ਇੱਥੇ ਰੌਲਾ ਨਾ ਪਾਓ। ਆਪਾਂ ਬਿਸਮਕ ਦੇ ਕਰ ਚੁੱਕੇ ਹਾਂ ਇਹ। ਹਾਂਜੀ ਸਰ। ਸੰਬੋਧਨ ਕਰਕੇ ਬੁਲਾਇਆ ਜਾਂਦਾ, ਉਹਨੂੰ ਕਹਿੰਦੇ ਨੇ ਕਿ ਸੰਬੋਧਨ ਕਾਰਕ। ਹੁਣ ਆਪਾਂ ਆਉਂਦੇ ਹਾਂ, ਸਮਝ ਲੱਗ ਗਈ ਸਾਰਿਆਂ ਨੂੰ ਬੇਟਾ? ਹਾਂਜੀ ਹਾਂਜੀ ਸਰ। ਹਾਂਜੀ ਸਰ। ਹੁਣ ਆਪਾਂ ਹੁਣ ਆ ਜਾਓ। ਮਾਂ ਪੁੱਤਰ ਲਈ ਫੁੱਲ ਤੋੜ ਰਹੀ ਹੈ। ਹੁਣ ਦੱਸੋ ਕਿਹਦੇ ਲਈ ਜੀ? ਸਰ ਸਕਰੀਨ ਵਿਜ਼ੀਬਲ ਨਹੀਂ ਹੈ ਸਰ, ਹੈ ਜੀ ਸਕਰੀਨ ਨਹੀਂ ਨਹੀਂ ਰਿਹਾ। ਹਾਂਜੀ ਬੇਟਾ, ਸਮਝ ਲੱਗੀ ਮੈਨੂੰ ਕੀ ਕਹਿ ਰਹੇ ਹੋ? ਸਰ ਮਤਲਬ ਦਿਖਾਈ ਨਹੀਂ ਦੇ ਰਿਹਾ ਸਰ। ਦਿਖਾਈ ਨਹੀਂ ਦੇ ਰਿਹਾ ਤੁਹਾਨੂੰ? ਨਹੀਂ ਨਹੀਂ, ਹੁਣ ਸਰ ਹੁਣ ਕਲੀਅਰ ਹੋ ਗਿਆ ਸਰ। ਹਾਂ ਕੀ ਮੈਂ ਥੋੜਾ ਜਿਹਾ ਜ਼ੂਮ ਕਰਾਂ ਇਹਨੂੰ, ਜਾਂ ਤੁਹਾਨੂੰ ਸਕਰੀਨ ਨਹੀਂ ਸ਼ੋਅ ਹੋ ਰਹੀ? ਨਹੀਂ ਸਰ, ਸਕਰੀਨ ਸ਼ੋਅ ਨਹੀਂ ਹੋ ਰਹੀ। ਸਕਰੀਨ ਸ਼ੋਅ ਨਹੀਂ ਹੋ ਰਹੀ ਜੀ? ਹਾਂਜੀ, ਦੂਸਰੀ ਸਕਰੀਨ ਤੇ ਚੈੱਕ ਕਰੋ, ਉਹਨੂੰ ਛੋਟਾ ਕਰਕੇ ਫਿਰ ਆਏਗੀ। ਹਾਂ ਦੇਖੋ, ਪਿੰਨ ਕਰ ਲਓ। ਪਿੰਨ ਕਿੱਥੋਂ ਹੋਊਗਾ? ਮੈਂ ਪਿੰਨ ਕਰ ਦਿੰਦਾ ਨਹੀਂ। ਹਾਂਜੀ ਸਰ, ਹੋ ਗਈ ਸਰ। ਹਾਂ ਪਿੰਨ ਕਰੋ ਇਹਨੂੰ ਬੇਟਾ, ਠੀਕ ਹੈ? ਹਾਂਜੀ ਸਰ, ਹੋ ਗਈ ਸ਼ੋਅ ਜੀ। ਹਾਂਜੀ ਸਰ। ਹੁਣ ਆ ਗਿਆ। ਮਾਂ ਪੁੱਤਰ ਲਈ ਫੁੱਲ ਤੋੜ ਰਹੀ ਹੈ। ਲਈ ਆਪਾਂ ਹੁਣ ਨਹੀਂ, ਲਈ ਅਧਿਕਰਨ ਸਰ। ਆਪਾਂ ਹੁਣ ਕਰਕੇ ਤਾਂ ਆਏ ਬੇਟਾ ਸਰ, ਆਪਾਂ ਪ੍ਰਧਾਨ ਕਾਰਕ ਅਪਾਦਾਨ ਸਰ। ਨਹੀਂ, ਲਈ ਤੋੜ ਰਹੀ ਹੈ, ਆਪਾਂ ਕਰਕੇ ਆਏ ਬੇਟਾ ਜੀ ਹੁਣ। ਫੁੱਲ ਕੀ ਆ? ਕਿਸ ਲਈ? ਫੁੱਲ ਤਾਂ ਸਰ ਕਰਨ ਕਾਰਕ। ਹਾਂ ਪੁੱਤਰ ਲਈ, ਕਿਹਦੇ ਲਈ ਤੋੜ ਰਹੀ ਆ? ਪੁੱਤਰ ਲਈ। ਹਾਂਜੀ ਸਰ, ਠੀਕ ਹੈ। ਲਈ ਕੋਈ ਕੰਮ ਕੀਤਾ ਜਾਵੇ ਕੀ ਹੁੰਦਾ ਉਹ? ਕਰਮ ਕਾਰਕ। ਸਮਝ ਲੱਗ ਗਈ? ਹਾਂਜੀ ਸਰ, ਠੀਕ ਹੈ ਸਰ। ਇੱਥੇ ਫੁੱਲ ਹੀ ਦੱਸਣਾ ਵੀ ਫੁੱਲ ਕੀ ਹੈ। ਕਰਨ ਕਾਰਕ। ਹਾਂਜੀ ਠੀਕ ਹੈ। ਠੀਕ ਹੈ। ਹਾਂਜੀ। ਔਰਤਾਂ ਦੁਆਰਾ ਪੈਰਾਂ ਵਿੱਚ ਪਾਇਆ ਜਾਣ ਵਾਲਾ ਗਹਿਣਾ ਹੈ। ਬਿਛੋਏ ਸਰ, ਬਿਛੋਏ। ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਦਾ ਵਾਂ, ਤੁਸੀਂ ਨੋਟ ਕਰ ਲਓਗੇ ਸਾਰੀਆਂ? ਹਾਂਜੀ ਸਰ। ਆ ਕੇ ਫਿਰ ਮੈਨੂੰ ਦੁਬਾਰੇ ਫੇਰ ਸਕਰੀਨ ਹੈ ਜਿਹੜੀ ਉਹ ਕਰਨੀ ਪਵੇਗੀ। ਮੇਰਾ ਰਾਦਾ ਵੀ ਇੱਕ ਵਾਰੀ ਮੈਂ ਤੁਹਾਨੂੰ ਕੰਪਲੀਟ ਕਰਵਾ ਦਾਂ ਇਹ, ਫਿਰ ਤੁਸੀਂ ਇਹ ਹੋਊਗਾ ਤੁਹਾਡੇ ਮਾਇੰਡ ਦੇ ਵਿੱਚ ਵੀ ਸਾਨੂੰ ਇਹ ਸਾਰੀ ਚੀਜ਼ ਨਹੀਂ ਕਰਵਾਈ। ਇੱਕ ਮਿੰਟ ਰੁਕ ਜਾਓ ਬਸ।
ਹਾਂ ਜੀ ਦੇਖੋ ਸਕਰੀਨ ਸ਼ੋ ਹੋ ਗਈ। ਹਾਂ ਜੀ ਸਰ। ਓਕੇ ਇਹ ਸਾਰੇ ਦੇ ਸਾਰੇ ਕੀ ਨੇ ਜੀ? ਗਹਿਣੇ ਨੇ। ਠੀਕ ਹੈ, ਮੈਂ ਤੁਹਾਡੇ ਲਈ ਇਹ ਚੀਜ਼ ਜਿਹੜੀ ਹੈਗੀ ਉਹ ਲੈ ਕੇ ਆਇਆ ਸਪੈਸ਼ਲ, ਵੀ ਮੈਂ ਕਾਫੀ ਪਹਿਲਾਂ ਲਿਸਟ ਮੈਂ ਤਿਆਰ ਕਰੀ ਇਹ, ਤੇ ਮੈਨੂੰ ਇਹ ਸੀ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗਾ ਇਹ। ਠੀਕ ਹੈ, ਇਹਦੇ ਵਿੱਚ ਆਪਾਂ ਸਾਰੇ ਜਿਹੜੇ ਗਹਿਣੇ ਔਰਤਾਂ ਦੇ ਨੇਗੇ ਉਹ ਆਪਾਂ ਆਡਰ ਨੇ, ਇਹ MCQ ਜਿਵੇਂ ਤੁਹਾਡੇ ਕੋਲ ਆ ਗਿਆ ਤਾਂ ਕੱਲ ਨੂੰ ਤੁਹਾਡੇ ਮਾਇੰਡ ਦੇ ਵਿੱਚ ਇਹ ਨਹੀਂ ਰਹਿਣਾ ਚਾਹੀਦਾ ਵੀ ਸਾਡੇ ਜੀ ਇਹ ਸਾਨੂੰ ਸਾਰੇ ਗਹਿਣੇ ਕਰ ਲੈਣੇ ਚਾਹੀਦੇ ਸੀਗੇ, ਹੈ ਨਾ? ਤੁਸੀਂ ਕਿੱਥੇ ਭਾਲੋਗੇ? ਆ ਲਓ, ਨੱਕ ਬਿੰਨ ਕੇ ਪਹਿਨੇ ਜਾਣ ਵਾਲੇ ਗਹਿਣੇ ਕਿਹੜੇ ਕਿਹੜੇ ਨੇ? ਤੀਲੀ, ਲੌਂਗ, ਮਛਲੀ, ਨੱਥ, ਰੇਖ ਤੇ ਠੁਕਰਾ। ਮੱਛਲੀ ਵੀ ਬੰਦੇ ਹੈ ਜੀ ਸਰ? ਮੱਛਲੀ ਤਾਂ ਸਾਨੂੰ ਪਤਾ ਨਹੀਂ। ਪਰ ਇਹੀ ਤਾਂ ਗੱਲ ਹੈ ਨਾ, ਇਹ ਮੱਛੀ ਵਰਗੀ ਹੁੰਦੀ ਹੈਗੀ, ਨੱਕ ਦੇ ਵਿੱਚ ਪਾਈ ਜਾਂਦੀ ਹੈ, ਜਿਵੇਂ ਤੀਲੀ ਜਾਂ ਨੱਥ ਨਹੀਂ ਪਾਉਂਦੇ ਹੁੰਦੇ, ਨੱਕ ਗੋਲ ਹੁੰਦੀ ਆ ਤੇ ਬਸ ਇਹੀ ਤਾਂ। ਫਿਰ ਇਹ ਜਿਹੜੇ ਤੁਹਾਨੂੰ ਨਹੀਂ ਪਤਾ ਗਾ, ਜਦੋਂ ਇਹਦਾ MCQ ਆ ਗਿਆ ਫਿਰ ਤੁਸੀਂ ਉੱਥੇ ਉਲਝ ਜਾਓਗੇ। ਠੀਕ ਹੈ, ਇਸ ਕਰਕੇ ਮੈਂ ਤੁਹਾਨੂੰ ਸਾਰੇ ਇੱਕ ਵਾਰੀ ਬੇਟਾ ਨਾਮ ਕਰਵਾ ਰਿਹਾ। ਕੰਨਾਂ ਵਿੱਚ ਪਾਉਣ ਵਾਲੇ ਗਹਿਣੇ ਕਿਹੜੇ ਨੇਗੇ? ਪਿੱਪਲ ਪੱਤੀਆਂ, ਤੁੰਗਲ, ਕੁਕਰੂ, ਬੁਝਲੀਆਂ, ਲੋਟਣ, ਕਾਂਟੇ, ਬੂੰਦੇ, ਲੋਟਣ, ਸੋਨ ਚਿੜੀਆਂ, ਟੋਪਸ, ਵਾਲੀਆਂ, ਝੁਮਕੇ, ਡੰਡੀਆਂ, ਰੇਲਾਂ, ਬਹਾਦਰਨੀਆਂ ਤੇ ਮਾਮੇ ਮੁਰਖੀਆਂ। ਠੀਕ ਹੈ ਬੇਟਾ ਜੀ? ਕੋਈ ਵੀ ਗਹਿਣਾ ਪੁੱਛਿਆ ਜਾ ਸਕਦਾ ਹੈ। ਬਾਬਾ ਫਰੀਦ ਕਿਸ ਸਦੀ ਵਿੱਚ ਪੈਦਾ ਹੋਇਆ ਦੱਸੋ ਜੀ? 12ਵੀਂ ਸਦੀ। 12ਵੀਂ 12ਵੀਂ ਸਦੀ 12ਵੀਂ ਆ। ਡਿਆ ਹੈ ਕਿਸ ਉਪਭਾਸ਼ਾ ਦਾ ਪਛਾਣ ਚਿੰਨ ਹੈ? ਉਹ ਕੀ ਕਰਨ ਡਿਆ? ਮਾਝੀ। ਪੱਛਮੀ ਪੰਜਾਬ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ? ਪੱਛਮੀ ਪੰਜਾਬੀ ਕਿਸ ਸੂਫੀ ਪਰੰਪਰਾ ਨਾਲ ਸੰਬੰਧਿਤ ਸੀ? ਚਿਸ਼ਤੀ ਨਾਲ, ਨਕਸ਼ਬੰਦੀ ਨਾਲ, ਕਾਦਰੀ ਨਾਲ, ਸੋਹਰਾ ਵਖਰਾ? ਚਿਸ਼ਤੀ। ਦੇਖ ਲਓ ਜੀ, ਦੇਖ ਲਓ ਚਿਸ਼ਤੀ ਨਾਲ ਹੈਗਾ ਸੀ ਕਿ ਨਹੀਂ ਹੈਗਾ ਸੀ? ਕਾਦਰੀ ਹੈ। ਕਾਦਰੀ ਬਾਬਾ ਫਰੀਦ ਸੀਗੇ। ਬਾਬਾ ਫਰੀਦ ਜੀ ਚਿਸ਼ਤੀ ਸਿਲਸਿਲੇ ਨਾਲ ਸੰਬੰਧਿਤ ਸੀਗੇ। ਸਿਲਸਿਲੇ ਆ ਸਕਦੇ ਨੇ, ਪਰੰਪਰਾ ਆ ਸਕਦੀ ਆ, ਤੁਹਾਨੂੰ ਸਿਲਸਿਲੇ ਵੀ ਪੁੱਛੇ ਜਾ ਸਕਦੇ ਨੇ, ਇਸ ਲਈ ਇਹ ਹੈਗੇ ਤਾਂ ਸਿਲਸਿਲੇ ਸਾਰੇ। ਠੀਕ ਹੈ, ਸਾਰੇ ਸਾਰੇ ਜਿੰਨੇ ਸੂਫੀ ਲੋਕ ਨੇ ਉਹ ਨਾਲ ਸੰਬੰਧਿਤ ਸੀਗੇ। ਕਾਦਰੀ ਨਾਲ ਚਿਸ਼ਤੀ ਜਿਹੜਾ ਸਿਲਸਿਲਾ ਗਾ, ਇਹ ਤਕਰੀਬਨ ਆਪਣੇ ਗੁਰੂ ਸਾਹਿਬਾਨਾਂ ਦਾ ਵਧੀਆ ਸਤਿਕਾਰ ਕਰਦਾ ਰਿਹਾ ਗਾ, ਇਹ ਇਹਨਾਂ ਨਾਲ ਵਧੀਆ ਜੁੜ ਕੇ ਰਹਿੰਦਾ ਰਿਹਾ ਸਿੱਖ ਧਰਮ ਨਾਲ। ਅਗਲੇ ਵੀ ਦੱਸ ਦਿਓ, ਨਕਸ਼ਬੰਦੀ ਦੇ ਜਿਹੜੇ ਨਕਸ਼ਬੰਦੀ ਨੇ ਨਾ, ਇਹ ਕੱਟੜ ਸੂਫੀ ਹੋਏ ਨੇਗੇ। ਇਹ ਹਮੇਸ਼ਾ ਗੁਰੂ ਘਰ ਦੇ ਵਿਰੋਧੀ ਰਹੇ ਨੇ ਨਕਸ਼ਬੰਦੀ। ਠੀਕ ਹੈ ਨਾ, ਸੋਹਰਾ ਵਰਦੀ ਆ ਜਿਹੜੇ, ਇਹ ਇਹਨਾਂ ਦੇ ਵਿੱਚ ਜਿਹੜੇ ਪੀਲੂ ਵਰਗੇ ਆ ਗਏ ਜਾਂ ਹੋਰ ਆ ਗਏ, ਹੈ ਨਾ, ਇਹਨਾਂ ਦੇ ਵਿੱਚ। ਠੀਕ ਹੈ ਸਰ। ਠੀਕ ਹੈ, ਸਹੀ ਸ਼ਬਦ ਚੁਣੋ ਜੀ, ਚੰਨ, ਲਕਸ਼ਮੀ, ਗਜ਼ਲ ਤੇ ਦਰਖਤ।
ਹਾਂ ਗੱਗੇ ਦੇ ਪੈਰ ਚ ਬਿੰਦੀ ਆ, ਜੱਜੇ ਦੇ ਪੈਰ ਚ ਬਿੰਦੀ ਆ, ਹਾਂਜੀ ਠੀਕ ਹੈ ਜੀ ਗਜ਼ਲ, ਓਕੇ ਓਕੇ। ਹੇਠ ਲਿਖਿਆ ਚੋਂ ਕਿਹੜਾ ਵਾਕ ਗਲਤ ਹੈ? ਰਾਮ ਰੋਟੀ ਖਾਂਦਾ ਹੈ, ਮੁੰਡਾ ਕਿਤਾਬ ਪੜ੍ਹਦੇ ਹਨ, ਕਿਤਾਬ ਪੜ੍ਹਦਾ ਹੈ, ਮੁੰਡਾ ਕਿਤਾਬ ਪੜ੍ਹਦੇ ਹਨ। ਕਿਹੜਾ ਵਾਕ ਗਲਤ ਹੈ ਆਪਾਂ ਇਹ ਦੱਸੋ? ਬੀ ਬੀ ਸਰ। ਠੀਕ ਹੈ ਜੀ, ਬੀ ਆ, ਓਕੇ ਵੈਰੀ ਗੁੱਡ। ਅਗਲਾ ਜੀ ਕੁਐਸਚਨ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ? 11, 3, 15, 6? 15 ਗੁਰਸਿੱਖ ਕਿੰਨੇ ਨੇ? ਗੁਰਸਿੱਖ ਸਰ ਇਹ ਨੀ ਪਤਾ, ਦੇਖ ਲੋ ਜਿਹੜੇ ਰਹਿ ਗਏ। ਅੱਛਾ ਨਹੀਂ, ਚਾਰ ਐ ਨਹੀਂ ਹੁੰਦਾ ਬੇਟਾ, ਐ ਨਹੀਂ ਹੁੰਦਾ, ਰਹਿ ਗਏ ਨੀ ਗੁਰਸਿੱਖ ਚਾਰ। ਤੁਹਾਨੂੰ ਨਾਮ ਵੀ ਪਤਾ ਹੋਣੇ ਚਾਹੀਦੇ ਨੇ ਮੇਰੇ, ਮਰਦਾਨਾ ਜੀ ਠੀਕ ਹੈ, ਹਾਂਜੀ ਸਰ, ਅੱਤਾ ਤੇ ਬਲਵੰਤ, ਦੋ ਤਿੰਨ ਹੋ ਗਏ ਨਾ। ਇਹਨਾਂ ਦੀ ਬਾਰ ਆਉਂਦੀ ਹੈਗੀ, ਇਹ ਗੁਰੂ ਘਰ ਦੇ ਕੀਰਤਨੀਏ ਸੀਗੇ, ਇਹ ਗੁਰੂ ਸਾਹਿਬ ਨੇ ਘਰੋਂ ਕੱਢਤੇ ਸੀਗੇ, ਇਹਨਾਂ ਨੂੰ ਹੰਕਾਰ ਹੋ ਗਿਆ ਸੀਗਾ, ਫਿਰ ਉਸ ਤੋਂ ਬਾਅਦ ਦੁਬਾਰੇ ਇਹ ਗੁਰੂ ਘਰ ਦੇ ਵਿੱਚ ਆਉਂਦੇ ਨੇਗੇ, ਫਿਰ ਦੁਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਇਹ ਬਾਰ ਰਚਦੇ ਨੇ। ਇਹ ਇਸ ਤੋਂ ਬਾਅਦ ਗੁਰਸਿੱਖ ਗਾਉਣ ਲੱਗੇ ਸੀਗੇ ਜਦੋਂ ਸੱਤਾ ਤੇ ਬਲਵੰਡ ਨੂੰ ਹੰਕਾਰ ਹੋ ਗਿਆ ਸੀਗਾ, ਨਹੀਂ ਪਹਿਲਾਂ ਇਹ ਆਪਣੇ ਲਈ ਗੁਰੂ ਘਰ ਦੇ ਕੀਰਤਨੀਏ। ਇਹ ਲੋਕ ਅੱਜ ਕੱਲ ਡੂਮ ਕਹਿ ਦਿੰਦੇ ਆ ਜਾਂ ਮਰਾਸੀ ਕਹਿ ਦਿੰਦੇ, ਠੀਕ ਹੈ ਠੀਕ ਹੈ ਸਰ। ਹਾਂ ਇੱਕ ਹੋਏ ਨੇਗੇ ਬਾਬਾ ਸੁੰਦਰ ਜੀ, ਠੀਕ ਹੈ। ਚਾਰ ਚਾਰ ਜਿਹੜੇ ਗੁਰਸਿੱਖ ਦੇ ਲਿਖਤ ਵਰਤੀ ਸੀਗੇ ਘਰ ਦੇ, ਇਹ ਚਾਰ ਮਨੁੱਖਾਂ ਦੀ ਵੀ ਬਾਣੀ ਦੇ ਵਿੱਚ ਦਰਜ ਹੈ, ਇਹਨੂੰ ਭੁੱਲਿਓ ਨਾ, ਠੀਕ ਹੈ। ਇਹ ਵੈਸੇ ਜੀ ਕੇ ਦਾ ਕੁਸ਼ਚਨ, ਤੁਹਾਨੂੰ ਆ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ। ਆ ਜਾਓ ਜੀ ਅੱਗੇ ਆ ਜਾਓ। ਹੇਠ ਲਿਖੇ ਸ਼ਬਦ ਜੁੱਟਾਂ ਵਿੱਚੋਂ ਗਲਤ ਸ਼ਬਦ ਜੁੱਟ ਚੁਣੋ। ਗਲਤ ਚੁਣਨਾ, ਗਊ ਬੱਛਾ, ਮੱਝ ਕੱਟਾ, ਭੇਡ ਮੇਣਾ। ਆਪਸ਼ਨ ਡੀ। ਹਾਂ ਹਾਂਜੀ ਸਰ, ਭੇਡ ਮੇ ਬੱਕਰੀ ਦਾ ਹੁੰਦਾ ਹੈ। ਹਾਂ ਮੇਮਣਾ, ਠੀਕ ਹੈ। ਚਲੋ 168 ਦਾ ਮੁਹਾਵਰਾ, ਉਸਤਰੀਆਂ ਦੀ ਮਾਲਾ ਦਾ ਕੀ ਅਰਥ ਹੈ? ਉਖਿਆਈ ਵਾਲਾ ਕੰਮ, ਨੀਵਾਂ ਦਿਖਾਉਣਾ, ਚਲਾਕ ਬੰਦੇ ਲਈ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਉਸਤਰੀਆਂ ਦੀ ਮਾਲਾ, ਉਖਿਆਈ ਵਾਲਾ ਕੰਮ। ਹਾਂ ਕਿਉਂਕਿ ਜਿਹੜਾ ਉਸਤਰਾ ਹੁੰਦਾ ਜਿਹੜਾ ਹੁੰਦਾ ਗਾ, ਤੇ ਇਹਦੀ ਮਾਲਾ ਪਾਉਣੀ ਕੋਈ ਖਤਰੇ ਦੀ ਹਨਾ, ਵੱਡਾ ਖਤਰੇ ਵਾਲੀ ਗੱਲ ਹੀ ਹੋ ਸਕਦੀ ਹੈਗੀ ਵੀ ਜਿਹੜਾ ਉਸਤਰੇ ਸਿੱਧੇ ਕਰਕੇ ਬੰਦਾ ਗੱਲ ਚ ਪਾਲੇ। ਮੁਹਾਵਰਾ ਕਿਸੇ ਦੇ ਮੂੰਹ ਵਿੱਚ ਜੀਰਾ ਦੇਣ ਦਾ ਕੀ ਅਰਥ ਹੈ? ਕਿਸੇ ਨੂੰ ਜ਼ਿਆਦਾ ਖਾਣ ਵਾਲੇ ਨੂੰ ਘੱਟ ਥੋੜਾ ਦੇਣਾ। ਓਕੇ ਜੀ, ਜ਼ਿਆਦਾ ਖਾਣ ਵਾਲੇ ਨੂੰ। ਬੁੱਢੀ ਘੋੜੀ ਡੈਸ਼ ਲਗਾਮ, ਲਾਲ 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 ਲਾਲ, ਸਿਰ ਉੱਤੇ ਡੈਸ਼ ਨਾ ਹੋਣਾ, ਪੱਗ ਤਾਂ ਕੁੰਡਾ, ਕੁੰਡਾ ਆਪਾਂ ਕਹਿੰਦੇ ਆਗੇ ਵੀ ਉਹ ਕਿਸੇ ਦਾ ਡਰ ਨਾ ਹੋਣਾ। ਹਾਂ ਕਿਸੇ ਦਾ ਡਰ ਨਾ ਹੋਣਾ ਵੀ ਉਹ ਫਲਾਨਿਆਂ ਦੀ ਕੁੜੀ ਆ, ਫਲਾਨਿਆਂ ਦੀ ਕੁੜੀ ਆ, ਮਾਂ ਪਿਓ ਹੈ ਨੀ ਸਿਰ ਦੇ ਉੱਤੇ, ਸਿਰ ਤੇ ਕੁੰਡਾ ਹੈ ਨੀ, ਉਹੀ ਤੁਰੀ ਫਿਰਦੀ ਆ, ਹਨਾ ਲੋਕ ਗੱਲਾਂ ਇਹੋ ਜਿਹੀਆਂ ਕਰਦੇ ਹੁੰਦੇ ਨੇ ਆਮ ਤੌਰ ਤੇ। ਚੇਤ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ? ਕੱਤਕ, ਆਸ਼ਾਢ। ਬੇਟਾ ਸਾਰੇ ਦੇਸੀ ਮਹੀਨੇ ਯਾਦ ਨੇ ਤੁਹਾਡੇ? ਹਾਂਜੀ ਸਰ। ਇੱਕ ਵਾਰ ਰਿਮਾਈਂਡਰ ਕਰਵਾ ਦਿਓ, ਬੋਲ ਦਿਓ ਸਰ, ਲਿਖ ਲੈਣੇ ਆ। ਚੇਤ, ਵੈਸਾਖ, ਜੇਠ, ਜੇਠ ਹਾੜ, ਮੱਗਰ,
ਓ ਮਾਗ ਓ ਮਾਗ। ਅੱਗੇ ਦੱਸੋ। ਫੱਗਣ। ਹਾਂਜੀ ਫੱਗਣ। ਠੀਕ ਹੈ ਇਹ ਤਾਂ ਸਾਉਣ ਭਾਦੋ ਸੁਖਤਾ ਮੱਗਰ ਪੋਹ ਮਾਗ ਫੱਗਣ। ਠੀਕ ਹੈ ਇਹਦੇ ਚ ਕੋਈ ਵੀ ਆ ਜਾਏ ਦੱਸੋ ਯਾਦ ਰੱਖਣਾ। ਠੀਕ ਹੈ ਸਰ। ਹਾਂ ਆ ਜਾਓ। ਹੇਠ ਲਿਖਿਆ ਵਿੱਚ ਕਿਹੜੀ ਪੰਜਾਬ ਦੀ ਲੋਕ ਖੇਡ ਹੈ? ਬਾਂਦਰ ਕਿੱਲਾ। ਬਾਂਦਰ ਕਿੱਲਾ ਬਾਂਦਰ ਕਿੱਲਾ ਓਕੇ ਜੀ ਬਿਲਕੁਲ। ਹੇਠ ਲਿਖਿਆ ਵਿੱਚ ਕਿਹੜਾ ਲੋਕ ਸਾਜ ਨਹੀਂ ਹੈ? ਢੱਡ ਸਰੰਗੀ, ਘੜਾ, ਤਬਲਾ, ਕਾਤੋ। ਤਬਲਾ। ਤਬਲਾ 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 ਆਧੁਨਿਕ ਸਮੇਂ ਦੇ ਵਿੱਚ ਆਇਆ ਗਿਆ ਕਰਕੇ ਆਪਣੀ ਲੋਕ ਸਾਜ ਦਾ ਮਤਲਬ ਹੈ ਜਿਹਨੂੰ ਆਮ ਲੋਕ ਵਜਾਉਂਦੇ ਹੋਣ। ਠੀਕ ਹੈ ਜਿਹੜਾ ਘਰਾਂ ਦੇ ਵਿੱਚੋਂ ਜਗਾੜ ਲਾ ਕੇ ਬਣਾਏ ਹੋਏ ਹੁਣ ਜਿਵੇਂ ਤੂੰਬੀ ਹੋ ਗਈ ਸੀ, ਆਹ ਘੜਾ ਆ ਘੜੇ ਨੂੰ ਬਜਾ ਦਿੰਦੇ ਸੀ, ਭੰਗੜੇ ਚ ਕਾਟੋ ਉਹਨੂੰ ਬਜਾ ਲੈਂਦੇ ਸੀ, ਢੱਡ ਸਰੰਗੀ ਸੀ ਆਪਣੀ ਪੁਰਾਣੇ ਸਮੇਂ ਦੀ। ਚਲੋ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਹੋਈ? 1604। ਹਾਂ ਬੇਟਾ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਵਾਲੇ ਨੇ ਨਾ ਇਹ ਤਕਰੀਬਨ ਤੁਸੀਂ ਕਰ ਲਿਓ ਸਾਰੇ ਯਾਦ ਕੁਐਸਚਨ ਜਿਹੜੇ ਨਾਰਮਲ ਜੇ ਜੀਕੇ ਹੋਏ ਇਹਨਾਂ ਦੀ। ਠੀਕ ਹੈ ਸਰ। ਹਾਂ ਠੀਕ ਆ ਰਹੋ ਜੀ ਪੈਰਾ। 20ਵੀਂ ਸਦੀ ਸਮਾਚਾਰ ਪੱਤਰਾਂ ਦਾ ਯੁੱਗ ਹੈ, ਪੱਤਰਾਂ ਦਾ ਯੁੱਗ ਹੈ। ਅਖਬਾਰ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਬਣ ਗਏ ਹਨ। ਅਖਬਾਰ ਤੋਂ ਬਿਨਾਂ ਦੁਨੀਆ ਰਹਿਣ ਯੋਗ ਅਤੇ ਮਾਨਣ ਯੋਗ ਨਹੀਂ ਹੈ। ਅਸੀਂ ਭੋਜਨ ਅਤੇ ਪਾਣੀ ਬਿਨਾਂ ਤਾਂ ਇੱਕ ਦਿਨ ਲੰਘਾ ਸਕਦੇ ਹਾਂ, ਪਰ ਦੈਨਿਕ ਪੱਤਰ ਬਿਨਾਂ ਇੱਕ ਦਿਨ ਲੰਘਣਾ ਮੌਤ ਵਰਗਾ ਲੱਗਦਾ ਹੈ। ਜੇ ਅਖਬਾਰ ਬੰਦ ਕਰ ਦਿੱਤਾ ਜਾਵੇ ਤਾਂ ਸਾਡੀ ਹਾਲਤ ਸੌ ਦਾਦਿਆਂ ਦੇ ਸਮੇਂ ਵਰਗੀ ਹੋ ਜਾਂਦੀ ਹੈ। ਅਖਬਾਰ ਸਾਨੂੰ ਤਾਜ਼ਾ ਖਬਰਾਂ ਦਿੰਦੇ ਹਨ ਅਤੇ ਇਹ ਜਾਣਨ ਯੋਗ ਹੁੰਦੇ ਹਨ ਕਿ ਦੇਸ਼ ਤੇ ਵਿਦੇਸ਼ਾਂ ਵਿੱਚ ਕੀ ਵਾਪਰ ਰਿਹਾ ਹੈ। ਇਹ ਲੋਕਾਂ ਦੀ ਆਵਾਜ਼ ਤੇ ਉਹਨਾਂ ਦੇ ਹੱਕਾਂ ਦਾ ਸ਼ੀਸ਼ਾ ਹਨ। ਇਹ ਸਮਾਜ ਸੁਧਾਰਕ ਹਨ ਜਿਨ੍ਹਾਂ ਰਾਹੀਂ ਅਸੀਂ ਸਮਾਜਿਕ ਮੁੱਦਿਆਂ ਦੀ ਆਲੋਚਨਾ ਕਰ ਸਕਦੇ ਹਾਂ। ਇਹ ਗਿਆਨ, ਪ੍ਰਚਾਰ, ਵਿਗਿਆਪਨ, ਮਨੋਰੰਜਨ ਅਤੇ ਹੋਰ ਵੀ ਕਈ ਚੀਜ਼ਾਂ ਦੇ ਸਰੋਤ ਹਨ। ਇਹ ਲੋਕਾਂ ਤੇ ਸਰਕਾਰ ਵਿਚਕਾਰ ਇੱਕ ਕੜੀ ਦਾ ਕੰਮ ਕਰਦੇ ਹਨ। ਇਹ ਬੰਦ ਕਰ ਦਿੱਤੇ ਜਾਣ ਤਾਂ ਕੋਈ ਵਪਾਰ ਨਹੀਂ ਹੋਵੇਗਾ, ਸਾਹਿਤ ਤੇ ਕਲਾ ਵਿੱਚ ਕੋਈ ਤਰੱਕੀ ਨਹੀਂ ਹੋਵੇਗੀ। ਪੰਡਿਤ ਨਹਿਰੂ ਨੇ ਇੱਕ ਵਾਰੀ ਠੀਕ ਹੀ ਕਿਹਾ ਸੀ, ਅਖਬਾਰਾਂ ਸਾਡੀਆਂ ਮਾਲਕ ਹਨ। ਠੀਕ ਵਰਤੋਂ ਕਰਨ ਨਾਲ ਅਖਬਾਰਾਂ ਰਾਸ਼ਟਰੀ ਏਕਤਾ ਨੂੰ ਉੱਨਤ ਤੇ ਅੰਤਰਰਾਸ਼ਟਰੀ ਸ਼ਾਂਤੀ ਨੂੰ ਪ੍ਰਚਾਰ ਕਰਦੀਆਂ ਹਨ। ਆ ਜਾਓ ਜੀ ਅਖਬਾਰਾਂ ਤੋਂ ਰਹਿਤ ਦੁਨੀਆਂ ਕਿਹੋ ਜੀ ਨਹੀਂ ਹੈ? ਬੀ ਆਪਸ਼ਨ ਸਰ। ਬੀ ਸਰ ਬੀ। ਬੀ ਕਹਿੰਦੇ ਹੋ? ਹਾਂਜੀ ਇੱਕ ਵਾਰੀ ਪੜ੍ਹੋ ਫਿਰ ਤਾਂ। ਬੇਲਾ ਹੱਥ ਨੀ ਆਉਂਦਾ ਉੱਥੇ ਪੇਪਰ ਦੇ ਵਿੱਚ। ਜੇਕਰ ਅਖਬਾਰ ਬੰਦ ਹੋ ਜਾਣ ਤਾਂ ਸਾਡੀ ਹਾਲਤ ਕਿੰਨਾ ਵਰਗੀ ਹੋ ਜਾਵੇਗੀ? ਵੈਰੀ ਗੁਡ। ਵਿਚਕਾਰ ਕੜੀ ਦਾ ਕੰਮ ਕਰਦੀਆਂ ਹਨ, ਗੁਆਂਢੀਆਂ ਵਿਚਕਾਰ, ਲੋਕ ਪ੍ਰਸ਼ਾਸਨ ਵਿਚਕਾਰ, ਭੈਣ ਭਰਾਵਾਂ ਵਿਚਕਾਰ, ਲੋਕਾਂ ਅਤੇ ਸਰਕਾਰ ਵਿਚਕਾਰ। ਅਖਬਾਰਾਂ ਰਾਸ਼ਟਰੀ ਏਕਤਾ ਨੂੰ ਉੱਨਤ ਕਰਦੀਆਂ ਹਨ। ਲਿਖਣ ਨਾਲ, ਖੜਨ ਨਾਲ, ਠੀਕ ਵਰਤੋਂ ਨਾਲ, ਖਰੀਦਣ ਨਾਲ। ਠੀਕ ਵਰਤੋਂ ਨਾਲ। ਹਾਂਜੀ ਠੀਕ ਵਰਤੋਂ ਨਾਲ। ਪੰਡਿਤ ਨਹਿਰੂ ਨੇ ਅਖਬਾਰਾਂ ਨੂੰ ਕੀ ਕਿਹਾ? ਮਾਲਕ। ਮਾਲਕ। ਵੈਰੀ ਗੁਡ। ਲਓ ਜੀ ਤੁਹਾਡੇ 180 ਤੱਕ ਪ੍ਰਸ਼ਨ ਹੋ ਚੁੱਕੇ ਨੇ ਪੰਜਾਬੀ ਦੇ। ਠੀਕ ਹੈ ਜੀ
ਅੱਜ ਦਾ ਜਿਹੜਾ ਰਿਹਾ ਤੁਹਾਨੂੰ ਸਮਝ ਲੱਗ ਗਈ ਸਾਰੀ ਆਪਾਂ ਕਾਰ ਹਾਂਜੀ ਸਰ ਹਾਂਜੀ ਸਰ ਇੱਕ ਤੁਸੀਂ ਕੱਲ ਅਗੇਤਰ ਪਿਛੇਤਰ ਨੂੰ ਕਹਿੰਦੇ ਸੀਗੇ ਮੈਂ ਅਗੇਤਰ ਪਿਛੇਤਰ ਬਾਰੇ ਸਮਝਿਆਗਾ ਤੁਸੀਂ ਕੋਈ ਕਿਤਾਬ ਦੇ ਤੁਹਾਨੂੰ ਕਰਨੇ ਪੈਣਗੇ ਸਮਝ ਲਓ ਬਸ ਇੱਕ ਇੱਕ ਗੱਲ ਸਮਝ ਲਓ ਵੀ ਜਿਹੜਾ ਅਗੇਤਰ ਪਿਛੇਤਰ ਹੋਊਗਾ ਨਹੀਂ ਜਿਹੜਾ ਅਗੇਤਰ ਉਹ ਅੱਗੇ ਲੱਗੇਗਾ ਪਰੰਤੂ ਜਿਹੜਾ ਉਹਦੇ ਸ਼ਬਦ ਹੋਵੇਗਾ ਇੱਕ ਜਿਹੜਾ ਸ਼ਬਦ ਹੋਵੇਗਾ ਵੱਖਰਾ ਉਹ ਸਾਰਥਕ ਹੋਵੇਗਾ ਸਮਝ ਲਓ ਮੇਰੀ ਗੱਲ ਨੂੰ ਸਾਰਥਕ ਹੋਵੇਗਾ ਉਹ ਨਿਰਾਰਥਕ ਨਹੀਂ ਹੋਵੇਗਾ ਠੀਕ ਹੈ ਉਹਦਾ ਜੇ ਪੱਲਾ ਵੀ ਹੋਵੇਗਾ ਬਿਨਾਂ ਅਗੇਤਰ ਤੋਂ ਤਾਂ ਵੀ ਉਹਨਾਂ ਕੋਈ ਨਾ ਕੋਈ ਮਤਲਬ ਨਿਕਲੇਗਾ ਜਿਵੇਂ ਠੀਕ ਹੈ ਜੀ ਹਾਂਜੀ ਸਰ ਸਮਝ ਦਾ ਕੀ ਆ ਗਿਆ ਇੱਕ ਅਰਥ ਹੈ ਇੱਕ ਵੱਖਰਾ ਇਹਦਾ ਇਹ ਸਾਰਥਕ ਹੈ ਇਹਦੇ ਮੂਹਰੇ ਬੇ ਲੱਗ ਗਿਆ ਹਾਂਜੀ ਸਰ ਬਹੁ ਅਰਥਕ ਅਰਥਕ ਜਾਂ ਅਰਥ ਬਹੁ ਅਰਥ ਕੀ ਹੋ ਗਿਆ ਜੀ ਇਹ ਇੱਕ ਇਹਦਾ ਇੱਕ ਅਰਥ ਹੈ ਇਹਦਾ ਮਤਲਬ ਹੈ ਇਹਦਾ ਸਾਰਥਕ ਬਹੁ ਦਾ ਨਹੀਂ ਹੈਗਾ ਹਾਂਜੀ ਸਰ ਠੀਕ ਹੈ ਬੇਟਾ ਜੀ ਸੋ ਇਸ ਤਰ੍ਹਾਂ ਜਿਹੜੇ ਨਿਰਾਰਥਕ ਨੇ ਜਿਹੜੇ ਆਪਣੇ ਪਿਛੇਤਰ ਨੇਗੇ ਉਹ ਵੀ ਆਈ ਹੋਣਗੇ ਇਹ ਪਿਛੇਤਰ ਨੇਗੇ ਇਹ ਸਾਰਥਕ ਅੱਖਰਾਂ ਨੂੰ ਗਾਹਾਂ ਅੱਗੇ ਹੋਰ ਜੋੜ ਕੇ ਜਾਂ ਮੂਲ ਸ਼ਬਦਾਂ ਦੇ ਨਾਲ ਜੁੜ ਕੇ ਇਹ ਅੱਗੇ ਉਤਪੰਨ ਸ਼ਬਦ ਬਣਾਉਂਦੇ ਨੇਗੇ ਅਗੇਤਰ ਪਿਛੇਤਰ ਜਿਹੜੇ ਸਾਰੇ ਦੇ ਸਾਰੇ ਨੇ ਤੁਹਾਨੂੰ ਉਹ ਜੇ ਮੈਂ ਹੋ ਸਕਿਆ ਤਾਂ ਤੁਹਾਨੂੰ ਮੈਂ ਕੋਈ PDF ਵੀ ਸ਼ੇਅਰ ਕਰ ਦੂੰਗਾ ਠੀਕ ਹੈ ਤਾਂ ਕਿ ਤੁਹਾਨੂੰ ਹਾਂਜੀ ਸਰ ਪਲੀਜ਼ ਕਰ ਦਿਓ ਕਰ ਦਾਂਗੇ ਬੇਟਾ ਕਰ ਦਾਂਗੇ ਸਰ ਬੋਲੋ ਬੇਟਾ ਬੋਲੋ ਸਰ ਥੋੜਾ ਜਿਹਾ ਸਮਾਸ ਬਾਰੇ ਵੀ ਦੱਸ ਦਿਓ ਡਿਟੇਲ ਚ ਆਪਾਂ ਮੈਨੂੰ ਹੁਣ ਤੇਜ਼ੀ ਆ ਬੇਟਾ ਮੈਂ ਕੱਲ ਨੂੰ ਲਾ ਲਾਂ ਕਲਾਸ ਹਾਂ ਸਰ ਸਾਰੀ ਦਾ ਸਭ ਸ਼ਬਦ ਬੋਲ ਤੇ ਸਾਰੇ ਲਾ ਦੂੰਗਾ ਠੀਕ ਹੈ ਹੁਣ ਮੈਨੂੰ ਫੋਨ ਆਇਆ ਹੈਲੋ ਠੀਕ ਹੈ ਬੇਟਾ ਜੀ ਓਕੇ ਸਾਰਿਆਂ ਨੂੰ ਗੁੱਡ ਈਵਨਿੰਗ ਜੀ ਓਕੇ ਸਰ ਗੁੱਡ ਈਵਨਿੰਗ ਹੈਲੋ ਲੈਫਟ ਕਰ ਗਏ ਸਰ